हाँ जी किसान वीरो स्वागत है तुहाडा अपने यूट्यूब चैनल बाबा डेयरी फार्म दे उत्ते जी। अज दी वीडियो विच आपां तिन वैणां सेले लैके आए जी, आओ पुछ लैने भाई तुहाडे ते। भाई जी सत श्रीकाल ਸਤਿ ਸ਼੍ਰੀ ਅਕਾਲ ਬਾਈ। ਭਾਈ, ਜਿਹੜੀ ਪਹਿਲਾਂ ਵੀਡੀਓ ਪਾਈ ਸੀ ਕਿਵੇਂ ਰਿਹਾ ਰਿਸਪੌਂਸ? ਬਹੁਤ ਵਧੀਆ ਜੀ, ਇਹ ਤਾਂ ਅੱਧੇ ਘੰਟੇ 'ਚ ਵਹਿ ਗਈਆਂ ਸੀਗੀਆਂ, ਜਾਂ ਇੱਕ ਹੀ ਰਹਿ ਗਈ ਜੀ ਉਹਨਾਂ ਵਿੱਚੋਂ। ਠੀਕ ਹੈ ਭਾਈ। ਹਾਂਜੀ, ਨਾਮ ਤੇ ਐਡਰੈਸ ਬੋਲ ਦੇ। ਨਾਮ ਸਿਮਰਨਜੀਤ ਸਿੰਘ ਜੀ, ਪਿੰਡ ਭਦੌੜ ਜੀ, ਤੇ ਜ਼ਿਲ੍ਹਾ ਬਰਨਾਲਾ, ਤਹਿਸੀਲ ਤਪਾ ਜੀ। ਨੇੜੇ ਪਿੰਡ ਭਦੌੜ ਦੇ ਸੈਣਾ ਰਹਿ ਇੱਧਰ ਜਾਂਦਾ, ਜੰਗਾ ਜੰਗੀਆਂ ਨਾਲ ਰਹਿ ਜਾਂਦਾ ਜੀ, ਇੱਧਰ ਸੈਣਾ ਰਹਿ ਜਾਂਦਾ, ਇੱਧਰ ਸੰਨਾ ਗੁਲਾਬ ਸਿੰਘ। ਠੀਕ ਹੈ ਭਾਈ, ਮੋਬਾਈਲ ਨੰਬਰ ਬੋਲ ਦੇ। 6294 7367। ਜੀ ਇਹ ਬਾਈ ਦਾ ਕੰਟੈਕਟ ਨੰਬਰ ਆ, ਬਾਕੀ ਸਕਰੀਨ ਤੇ ਚੱਲ ਰਿਹਾ, ਨੋਟ ਕਰ ਲਓ। ਭਾਈ ਜਿਹੜੀ ਆ ਬੈਠ ਦੇ ਨੇ, ਕਿਹੜਾ ਸੂਆ ਸੂਈ ਹੈ? ਇਹ ਤੀਜਾ ਸੂਆ ਸੂਏ ਹੈ ਜੀ। ਕਦੋਂ ਸੂਈ ਹੈ ਬਾਈ? ਇਹ ਰਾਤ ਸੂਈ ਹੈ ਜੀ। ਠੀਕ ਆ, ਬੱਚਾ ਕੀ ਦਿੱਤਾ ਬਾਈ? ਬੱਚਾ ਬੱਸੀ, ਜਰਸੀ ਦੀ ਬੱਸੀ ਦਿੱਤੀ ਹੈ ਜੀ। ਬੱਚੀ ਚੰਗੀ ਆ ਨਾ? ਹਾਂਜੀ ਹਾਂਜੀ ਬਾਈ, ਰਾਤ ਸੂਈ ਆ ਬਾਈ, ਕਹਿੰਦਾ ਬੱਚਾ ਮਗਰ ਬੱਚਾ, ਬੱਚੀ ਬਹੁਤ ਸੁਨੱਖੀਆਂ, ਨਾੜੂਆਂ ਨੂੜੂਆਂ ਨਾਲ ਹੀ ਆ, ਨਾਲ ਹੀ ਆ ਜੀ। ਤੇ ਜੇਰ ਜੂਰ ਪੈ ਗਈ ਵਧੀਆ? ਹਾਂ ਓਕੇ। ਠੀਕ ਆ ਬਾਈ, ਕਿੰਨਾ ਕੁ ਬੋਲਾ ਹੁਣ? ਬੋਲਾ 4 ਕਿਲੋ ਕੱਢਿਆ ਸੀਗਾ ਜੀ। ਠੀਕ ਆ ਬਾਈ, ਕਿੰਨਾ ਕੁ ਦੁੱਧ? ਬੱਸੀ ਨੂੰ ਕੁਛ ਚੰਗਾ ਤਾਂ ਜੀ। ਠੀਕ ਆ, ਦੁੱਧ ਮਾਲਕਾਂ ਦੇ ਕਹਿਣਾ ਤਾਂ 24-25 ਕਿਲੋ। ਠੀਕ ਆ ਬਾਈ, ਬਾਕੀ ਮੰਨ ਲਾ ਆਪਾਂ 24-25 ਕਿਲੋ ਕਹਿ ਕੇ ਦੇਵਾਂਗੇ। ਠੀਕ ਆ ਬਾਈ, ਇੱਕ ਡੰਗ ਦਾ 4 ਲੀਟਰ ਕੱਢ? ਹਾਂ ਇੱਕ ਡੰਗ ਦਾ ਉਹਦੇ। ਖੋਲ ਲਾ ਬਾਈ, ਤੋੜ ਕੇ ਦਿਖਾ ਦੇ। ਯਾਦ ਬਰੀਡ ਕਰਨ ਵਾਲੀ ਦੀ ਚੰਗੀ ਆ, ਵੱਡੇ ਕੱਦ ਕਾਠ ਦੀ ਆ, ਫਰੰਟ ਫਰੰਟ ਚੰਗਾ। ਆਰਡਰ ਕਰਨ ਵਾਲੀ ਦਾ ਬਾਈ ਬਹੁਤ ਠੰਡੀ ਸੀਲ ਬਹੁਤ ਆ ਡਾਕਟਰ। ਠੀਕ ਆ ਬਾਈ, ਤੇ ਮੁੱਲ ਕੀ ਆ ਬਾਈ ਇਹਦਾ? ਮੁੱਲ ਇਹਦਾ 82,000 ਰੁਪਇਆ ਜੀ। 82,000 ਰੁਪਇਆ ਮਾਨਤਾਨ ਹੋ ਜੂ ਬਾਈ? ਹਾਂ ਕਰ ਦਾਂਗੇ ਜੀ। ਠੀਕ ਹੈ, 82,000 ਰੁਪਇਆ ਬਾਈ ਨੇ ਮੁੱਲ ਰੱਖਿਆ, ਬਾਕੀ ਮੌਕੇ ਦੇ ਵਿੱਚੋਂ ਮਾਨਤਾਨ ਜ਼ਰੂਰ ਹੋ ਜੂ। ਚੰਗੀ ਆ ਬਾਈ, ਬੈਡ ਸੂਈ ਸਵਾਈ ਆ, ਜੇਰ ਵਗੈਰਾ ਓਕੇ ਆ, ਬੱਚਾ ਵੀ ਮਗਰ ਬੱਚੀ ਆ, ਬੱਚੀ ਵੀ ਸੁਨੱਖੀ ਆ ਬਾਈ। ਹਾਂ ਪੂਰੀ ਠੰਡੀ ਸੀ, ਠੰਡੀ ਪੂਰੀ ਆ ਲੈਟ ਬਾਈ, ਜੇ ਮਰਜ਼ੀ ਹੱਥ ਵਗੈਰਾ ਲਾਈ ਚੱਲ ਬਾਈ, ਕਹਿੰਦਾ ਕੋਈ ਚੱਕਰੀ ਨਹੀਂ, ਪੂਰੀ ਠੰਡੀ ਸੀ ਆ। ਓਕੇ ਵੀਰੇ, ਅੱਗੇ ਵੀਰੇ 2 ਨੰਬਰ ਤੇ ਕਿਹੜਾ ਸੂਆ ਸੂਈ ਆ? ਇਹ ਦੂਜਾ ਸੂਆ ਸੂਈ ਆ ਡਾਕਟਰ। ਕਦੋਂ ਸੂਈ ਆ ਬਾਈ? ਇਹ 3 ਕੁ ਦਿਨ ਹੋ ਗਏ ਨੇ ਸੂਈ ਨੂੰ। ਠੀਕ, ਨਾੜਗਾ ਦਾ ਵੀ ਨਾਲ ਹੀ ਆ ਬੱਚਾ। ਹਾਂ ਬੱਚਾ ਕੀ ਆ? ਬੱਸੀ ਆ ਜੀ। ਬੱਚੀ ਚੰਗੀ ਆ ਨਾ? ਬੱਸੀ ਚੰਗੀ ਡਾਕਟਰ। ਬੱਚਾ ਬਾਈ, ਬੱਚੀ ਨੂੰ ਜਨਮ ਦਿੱਤਾ, ਬੱਚੀ ਚੰਗੀ ਆ, ਨਾੜੂ ਨੂੜੂ ਨਾਲ ਹੀ ਆ। ਤੇ ਕਿੰਨੇ ਕੁ ਬੋਲੇ ਤੇ ਬਾਈ? ਇਹ ਇਸ ਟਾਈਮ 15 ਲੀਟਰ ਬੋਲੇ ਤੇ ਆ ਜੀ। ਠੀਕ ਆ ਬਾਈ, ਦੁੱਧ ਕਿੰਨਾ ਕੁ ਦੇ ਦੋ? ਦੁੱਧ ਇਹ ਮੰਨ ਕੇ ਚੱਲ, ਉਹਨਾਂ ਨੇ 18 ਕਿਲੋ ਕਿਹਾ ਸੀਗਾ ਜੀ। ਆਪਾਂ 20 ਮੰਨ ਲਓ, 22 ਮੰਨ ਲਓ, ਦੁੱਧ ਹੈਗਾ ਸੇਵਾ ਦਾ ਜੀ। ਹੋਰ ਲਾ ਬਾਈ, ਤੋਰ ਕੇ ਦਿਖਾ ਦੇ। ਬੱਚਾ ਮਗਰ ਬੱਚੀ ਆ, ਤੇ ਚੰਗੀ ਆ ਬੈਡ ਬਾਈ, ਕੱਦ ਕਾ ਠੀਕ ਆ, ਪ੍ਰਿੰਟ ਫਰੁੰਟ ਵੀ ਚੰਗਾ, ਫੇਸ ਬਿਊਟੀ ਵੀ ਠੀਕ ਆ ਬਾਈ। ਇਹਦਾ ਮੁੱਲ ਭਰਾ ਕੀ ਆ? ਇਹਦਾ ਮੁੱਲ 73,000 ਰੁਪਇਆ ਜੀ। 73,000 ਰੁਪਇਆ ਮਾਨਤਾਨ ਹੋ ਜੀ? ਹਾਂ ਕਰਾਂਗੇ ਜੀ। ਠੀਕ ਹੈ, 73,000 ਰੁਪਇਆ ਬਾਈ ਨੇ ਮੁੱਲ ਰੱਖਿਆ, ਬਾਕੀ ਮੌਕੇ ਦੇ ਵਿੱਚੋਂ ਮਾਨਤਾਨ ਜ਼ਰੂਰ ਹੋ ਜੂ। ਚੰਗੀ ਆ ਬਾਈ ਬੈਡ, ਤੇ ਦੁੱਧ ਚੰਗਾ ਪਾ ਦੂ। 15 ਲੀਟਰ ਬੋਲੇ ਤੋਂ ਬਾਈ ਕਹਿੰਦਾ ਸਟਾਰਟ ਆ ਹੁਣ, ਤੇ ਆਰਡਰ ਬਹੁਤ ਸੋਹਣਾ, ਨੇੜੇ ਤੋਂ ਚੈੱਕ ਕਰ ਲਓ ਆਲੇ। ਠੀਕ ਹੈ ਬਾਈ, ਅੱਗੇ ਬਾਈ 3 ਨੰਬਰ ਤੇ ਕਿਹੜਾ ਸੂਈ ਵੀ ਆ? ਇਹ ਸੂਈ ਵੀ ਡਾਕਟਰ ਮੰਨ ਕੇ ਚੱਲ 1.25 ਮਹੀਨੇ ਦੀ ਆ, ਬੱਚਾ ਮਰ ਗਿਆ ਸੀਗਾ। ਠੀਕ ਹੈ ਬਾਈ, ਹੁਣ ਅਗਲਾ ਕੁਝ ਯਕੀਨ ਕਰੇ ਜਾਂ ਨਾ ਕਰੇ, ਆਪਣੇ ਕੋਲ ਵੀਡੀਓ ਵੀ ਹੈਗੀ ਆ, ਤੇ ਮੰਨ ਕੇ ਚੱਲ ਵੀ ਲੋਕ ਤਾਂ ਕਹਿੰਦੇ ਦੋਕੜਾਂ ਦੇ ਹਿਸਾਬ ਨਹੀਂ, ਤੇ ਇਹਦਾ ਮੁੱਲ ਮੰਨ ਕੇ ਚੱਲੋ ਜੀ, ਦੁੱਧ ਹੈਗਾ 8 ਕਿਲੋ, ਤੇ ਮੁੱਲ ਇਹਦਾ ਹੈਗਾ ਆਪਣਾ 28,000 ਰੁਪਇਆ। ਠੀਕ ਆ, ਹੋਰ ਲਾ ਬਾਈ ਤੋੜ। ਮੁੱਲ 28,000 ਰੁਪਇਆ ਬਾਈ, ਇਹਦੀ 4 ਡੰਗ ਚੋਲੇ ਕੋਈ। ਠੀਕ ਆ ਬਾਈ, ਕੱਦ ਕਾ ਠੀਕ ਆ, ਪ੍ਰਿੰਟ ਫਰੁੰਟ ਚੰਗਾ ਬਾਈ, ਫੇਸ ਬਿਊਟੀ ਵੀ ਚੰਗੀ ਆ ਕਰਮ ਵਾਲੀ ਦੀ, ਤੇ ਤੋਰ ਤੂਰ ਵਗੈਰਾ ਵੀ ਚੰਗੀ ਆ ਬਾਈ। ਜਿਹੜੀ ਗੱਲ ਸੀ ਬਾਈ ਨੇ ਦੱਸਤੀ ਵੀ 1.5 ਮਹੀਨਾ ਹੋ ਗਿਆ ਸੋ ਇਹਨੂੰ ਵੀਡੀਓ ਆਪਣੇ ਡਾਕਟਰ ਉਹਦਾਂ ਵੇਖਦੀ ਸੀਗੀ, ਇਹ ਸਾਈ ਪਾ ਕੇ ਮੁੜ ਕੇ ਬੰਦਾ ਆਇਆ ਨਹੀਂਗਾ। ਠੀਕ ਆ ਬਾਈ, ਕੱਲੀ ਇਹੀ ਰੋਕ ਗਈ ਉਦਣ। ਮੁੱਲ ਬਾਈ 28,000 ਰੁਪਇਆ ਹੈਗਾ, ਬਾਕੀ ਮਾਨਤਾਨ ਜ਼ਰੂਰ ਹੋ ਜੂ, ਬੱਚੀਆਂ ਵਾਲਾ ਮੁੱਲ ਹੀ ਹੈਗਾ, ਤੇ ਥਣ ਨੇੜ ਤੋਂ ਜ਼ਰੂਰ ਚੈੱਕ ਕਰਵਾਵਾਂਗੇ। ਆਦੇ ਸਾਂ ਬਾਈ, 4 ਦਿਨ ਨਿਕਣ ਮੈਂ ਪੂਰੇ ਗੈਸ ਤੇ ਆ, ਤੇ ਪੂਰੀ ਠੰਡੀ ਸੀਲ। ਹਾਂਜੀ ਹਾਂਜੀ, ਲੈ ਬਾਈ ਜਿਵੇਂ ਮਰਜ਼ੀ ਹੱਥ ਲਾਈ ਚੱਲ, ਪੂਰੀ ਠੰਡੀ ਸੀਲ ਥਣ ਚੈੱਕ ਕਰ ਲਓ ਬਾਈ, 4 ਥਣ ਨਿਕਣ ਮੈਂ ਪੂਰੇ ਗੈਸ ਤੇ। ਓਕੇ ਆ ਬਾਈ, ਨਾਗ ਬਾਈ ਕੋਲੇ ਬਾਈ 3 ਸੀਗੇ, 3 ਹੀ ਦਿਖਾਤੇ, ਤੇ ਕਿਸੇ ਵੀਰ ਦੇ ਕੋਈ ਵੀ ਨਾਗ ਪਸੰਦ ਆਵੇ ਤਾਂ ਭਰਾ ਨਾਲ ਕਨੈਕਟ ਕਰਕੇ ਖਰੀਦ ਲਿਓ ਜੀ। ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਸਾਡੇ ਵੱਲੋਂ ਧੰਨਵਾਦ।